अज असीं तुहानूं लैके चल रहे हैं बीकानेरी स्वीट शॉप जो कि नकोदर विखे स्थित है। बीकानेरी स्वीट शॉप नकोदर ही नहीं बल्कि दूर दूर तक एक ब्रांड है। इत्थों दी मिठाइयां बहुत ही वधिया क्वालिटी दियां अते बहुत ही वाजिब दामां ते मौजूद है। दूरों दूरों कस्टमर इत्थे पहुँचते हैं तो इत्थों दी स्वादिष्ट मिठाइयां दा आनंद माणदे ने। साई टीम इत्थे मिठाइयां खरीदना एक कस्टमर नाल गलबात की जिन्होंने बीकानेरी स्वीट्स की बेहद तारीफ की। साई टीम इत्थों दे ओनर नाल भी गलबात की जिन्होंने सानूं बीकानेरी स्वीट्स बारे विस्तार नाल जानकारी दी। आओ लैके चलते हैं तुहानूं बीकानेरी स्वीट्स नकोदर। ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਬੀਕਾਨੇਰ ਸਵੀਟ ਸ਼ੋਪ ਜਿਹੜੀ ਕਿ ਨਕੋਦਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੌਵਾਂ ਦੇ ਰਹੇ ਆ ਔਰ ਇਹਨਾਂ ਦੇ ਟੇਸਟ ਜਿੱਦਾਂ ਗੋਲ ਗੱਪੇ ਇਹਨਾਂ ਦੇ ਬੜੇ ਮਸ਼ਹੂਰ ਨੇ, ਇਹਨਾਂ ਦੀ ਮਿਠਾਈ ਬੜੀ ਮਸ਼ਹੂਰ ਹੈ। ਆਪਾਂ ਗੱਲ ਕਰ ਰਹੇ ਇੱਥੇ ਦੇ ਕਸਟਮਰਸ ਨਾਲ। ਵੀਰ ਜੀ ਸਵਾਗਤ ਹੈ ਤੁਹਾਡਾ ਦੋਨਾਂ ਦਾ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਬੜੇ ਸਮਾਰਟ ਜੇ ਤੁਸੀਂ ਦੋਨੇ ਨੇ ਚਿਹਰੇ ਹੋ ਔਰ ਸ਼ਾਮ ਦਾ ਮੌਕਾ, ਕੀ ਕਹਿਣਾ ਚਾਹੋਗੇ ਬੀਕਾਨੇਰ ਸਵੀਟਸ ਬਾਰੇ, ਕਿੱਦਾਂ ਦੇ ਟੇਸਟ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ ਟੇਸਟ ਤਾਂ ਬਹੁਤ ਵਧੀਆ, ਸ਼ੁਰੂ ਤੋਂ ਇੱਥੋਂ ਮਿਠਾਈ ਲੈ ਆਉਂਦੇ ਹਾਂ। ਅਸੀਂ ਛੋਟੇ ਛੋਟੇ ਸੀ, ਮੇਰੇ ਖਿਆਲ ਜਦੋਂ 20 ਸਾਲ ਹੋ ਗਏ ਇਹਨਾਂ ਨੇ ਇੱਥੇ ਆਇਆ ਨੂੰ, ਅਤੇ ਅਸੀਂ ਵੀ ਛੋਟੇ ਛੋਟੇ ਸੀਗੇ ਉਦੋਂ। ਪਹਿਲਾਂ ਪਹਿਲਾਂ ਰਸ ਮਲਾਈ ਖਾਣ ਆਈ ਦੀ ਸੀ ਇਹਨਾਂ ਦੀ, ਫਿਰ ਹੌਲੀ ਹੌਲੀ ਮਿਠਾਈਆਂ ਵੱਲ ਨੂੰ ਹੋ ਗਏ। ਮੈਨੂੰ ਸਾਰਿਆਂ ਨਾਲੋਂ ਵਧੀਆ ਉਦੋਂ ਤਾਂ ਕਾਜੂ ਕਟਲੀ ਲੱਗਦੀ ਇਹਨਾਂ ਦੀ, ਬਹੁਤ ਸਵਾਦ ਲੱਗਦੀ ਹੈ। ਬਾਕੀ ਸਾਰੀਆਂ ਮਿਠਾਈਆਂ ਦੇਸੀ ਘੇ ਦੀਆਂ ਇਹਨਾਂ ਦੀਆਂ, ਵਧੀਆ ਹੈ ਸਾਰਾ ਕੁਛ। ਔਰ ਮੈਰਿਜ ਵਗੈਰਾ ਦਾ ਵੀ ਤੁਸੀਂ ਫਿਰ ਇਹਨਾਂ ਨੂੰ ਪ੍ਰੈਫਰ ਕਰਦੇ ਹੋ? ਹਾਂਜੀ, ਜਦੋਂ ਕਿਤੇ ਕੋਈ ਫੰਕਸ਼ਨ ਹੁੰਦਾ ਇਹਨਾਂ ਕੋਲ ਲੈ ਕੇ ਜਾਈਦਾ ਵੀ ਸਾਰਾ ਕੁਛ। ਵੀਰ ਜੀ ਇਹਨਾਂ ਦੇ ਵੀਰ ਜਿਹੜੇ ਤੁਹਾਡੇ ਲਿੰਕਸ ਹੈਗੇ ਆ ਸਾਰਿਆਂ ਨੇ, ਉਹ ਵੀ ਤੁਹਾਨੂੰ ਬੜਾ ਮਤਲਬ ਕਹਿੰਦੇ ਬੀਕਾਨੇਰ ਵਾਲੇ ਤੋਂ ਭੇਜਦੇ ਸਮਾਨ ਫਿਰ? ਹਾਂਜੀ ਹਾਂਜੀ ਬਿਲਕੁਲ ਜੀ, ਕੋਈ ਵੀ ਤਿਉਹਾਰ ਹੁੰਦਾ ਜੀ ਅਸੀਂ ਹਮੇਸ਼ਾ ਇਸ ਤੋਂ ਬੀਕਾਨੇਰ ਤੋਂ ਹੀ ਮਠਿਆਈ ਲੈਂਦੇ ਹਾਂ ਜੀ। ਬਹੁਤ ਵਧੀਆ ਇਹਨਾਂ ਦੀ ਟੇਸਟ ਹੈ ਜੀ, ਮਠਿਆਈ ਦਾ ਸਾਰੇ ਸ਼ਹਿਰ ਨਾਲ ਬਹੁਤ ਵਧੀਆ ਜੀ, ਅਤੇ ਬਾਕੀ ਸਾਰੇ ਇਹਨਾਂ ਦੀ ਆਈਟਮ ਬਹੁਤ ਵਧੀਆ ਸਰ। ਬੇਟਾ ਕੈਸਾ ਐਕਸਪੀਰੀਅੰਸ ਹੈ ਤੁਹਾਡਾ ਬੀਕਾਨੇਰ ਸਵੀਟਸ? ਬਹੁਤ ਵਧੀਆ ਸਰਵਨ ਭਾਜੀ, ਬਹੁਤ ਵਧੀਆ ਆ। ਆਪਣਾ ਕਾਜੂ ਕਤਲੀ ਬਹੁਤ ਖਾਈਦੀ, ਅਸੀਂ ਇੱਥੇ ਆ ਗਏ, ਫੇਮਸ ਆ ਸਾਰਿਆਂ ਨਾਲੋਂ ਜ਼ਿਆਦਾ। ਬਾਕੀ ਮਿਠਾਈ ਵੀ ਤੁਹਾਨੂੰ ਵਧੀਆ? ਹਾਂ ਵਧੀਆ ਵਧੀਆ, ਸਾਰੀਆਂ ਇੱਥੋਂ ਖਾਈਦੀਆਂ। ਹਾਂ ਬਸ ਵਧੀਆ ਵਧੀਆ। ਅਭੀ ਹਮ ਬਾਤ ਕਰ ਰਹੇ ਮੰਗੀ ਲਾਲ ਜੀ ਕੇ ਸਾਥ, ਜਿਨ੍ਹੋਂਨੇ ਬਹੁਤ ਹੀ ਗਾਲ ਨਾ ਗਾਲੀ ਹੈ ਔਰ ਬਹੁਤ ਲੰਬੇ ਸਮੇਂ ਸੇ ਇਹਨੋਨੇ ਇਹ ਸੇਵਾਏ ਜੋ ਹੈ ਸ਼ੁਰੂ ਕੀ ਹੈ। ਇੱਕ ਐਸਾ ਬਾਪ ਜਿਸਨੇ ਆਪਣੀ 8 ਦਿਹੋਂ ਕਾ ਕੰਨਿਆ ਦਾਨ ਕੀਆ ਹੈ ਔਰ ਇੱਕ ਹਮ ਦੇਖ ਸਕਤੇ ਹੈ ਕਿ ਜ਼ਮਾਨਾ ਕੈਸਾ ਹੈ, ਇੱਕ ਸੇ ਦੂਸਰੀ ਲੜਕੀ ਹੋ ਜਾਏ ਤੋ ਲੋਕੋ ਕੇ ਆਂਖੋਂ ਮੇਂ ਆਂਸੂ ਆਨੇ ਲੱਗ ਜਾਤੇ ਹੈ ਔਰ ਯੇ 8 ਬੱਚਿਓਂ ਕਾ ਫਾਦਰ ਹੈ ਔਰ ਅਭੀ ਵੀ ਖੁਸ਼ੀ ਸੇ ਮੂੰਹ ਹਮ ਦੇਖ ਸਕਤੇ ਹੈ ਕਿ ਪੂਰੀ ਤਰ੍ਹਾਂ ਸੇ ਬੜੀਆ ਹੈ ਔਰ ਜੈਸੇ ਯੇ ਕਹਤੇ ਮੇਰੇ ਯੇ ਦਮਾਦ ਨਹੀਂ ਹੈ ਬਲਕਿ ਮੇਰੇ ਬੇਟੇ ਹੈ ਔਰ ਹਮ ਦੇਖ ਸਕਤੇ ਇਸ ਯੁਗ ਮੇਂ ਜਬ ਲੋਕ ਲੜਕੀਓਂ ਸੇ ਐਸੇ ਕਰਤੇ ਇਹਨੂੰ ਆਪਣੀ 8 ਬੱਚਿਓਂ ਕੋ ਇੱਕ ਜ਼ਿੰਦਗੀ ਦੀ ਹੈ ਔਰ ਯਹਾਂ ਪਰ ਜੋ ਯੇ ਸ਼ੋਰੂਮ ਮੇਂ ਹਮ ਖੜੇ ਹੈ ਬੀਕਾਨੇਰ ਸਵੀਟਸ ਮੇਂ ਯੇ ਇਨਕਾ ਹੈ ਔਰ ਯਹਾਂ ਪਰ ਸੇਵਾਏ ਜੋ ਇੱਕ ਇਨਕਾ ਜੋ ਹੈ ਸਨ ਇਨ ਲਾ ਇੱਕ ਜੋ ਕਰ ਰਹਾ ਹੈ। ਸਰ ਸਵਾਗਤ ਹੈ ਆਪਕਾ ਹਮਾਰੇ ਸਪੈਸ਼ਲ ਸ਼ੋਅ ਮੇਂ। ਅੱਛਾ ਅੱਛਾ, ਮੰਗੇ ਲਾਲ ਜੀ ਆਪਨੇ ਕੈਸੇ ਚੂਜ਼ ਕੀਆ ਨਕੋਦਰ ਕਾ ਯੇ ਏਰੀਆ ਔਰ ਕਿਉਂਕਿ ਬਾਬਾ ਅਮਰਾਜ ਸ਼ਾਹ ਕੇ ਕਾਰਨ ਯੇ ਏਰੀਆ ਬਹੁਤ ਹੀ ਮਸ਼ਹੂਰ ਹੈ, ਲੋਕ ਬਹੁਤ ਜ਼ਿਆਦਾ ਵਿਜ਼ਿਟ ਕਰਤੇ ਹੈ, ਕੈਸੇ ਚੂਜ਼ ਕੀਆ ਯੇ ਏਰੀਆ ਆਪਨੇ? ਮੈਂ ਨਕੋਦਰ ਮੈਂ 1983 ਕੋ ਆਇਆ ਥਾ ਯਹਾਂ, ਪਹਿਲੇ ਮੈਨੇ ਯਹਾਂ 2-3 ਸਾਲ ਨੌਕਰੀ ਕੀ ਥੀ ਔਰ ਜਬ 84 ਮੈਂ ਦੰਗਾ ਹੋਇਆ ਥਾ ਨਾ ਮੈਂ ਯਹਾਂ ਹੀ ਥਾ ਨਕੋਦਰ ਮੈਂ ਨੌਕਰੀ ਕਰ ਰਹਾ ਥਾ। ਉਸਕੇ ਬਾਅਦ ਮੈਂ ਧੀਰੇ ਧੀਰੇ ਸਪਲਾਈ ਕਰਨੀ ਸ਼ੁਰੂ ਕਰ ਦੀ, ਸਪਲਾਈ ਕੇ ਬਾਅਦ ਮੈਨੇ ਧੀਰੇ ਧੀਰੇ ਨਮਕੀਨ ਕਾ ਕਾਮ ਕੀਆ, ਫਿਰ ਨਮਕੀਨ ਕੇ ਕਾਰਖਾਨਾ ਕਿਹਾ ਥਾ, ਉਸਕੇ ਬਾਅਦ ਮੈਨੇ ਦੁਕਾਨ ਲੈ ਲਈ, ਦੁਕਾਨ ਕੇ ਬਾਅਦ ਯੇ ਸ਼ੋਰੂਮ ਥੋੜ੍ਹਾ ਛੋਟਾ ਸਾ ਕਰ ਲਿਆ ਔਰ 8 ਮੇਰੇ ਲੜਕੀਆਂ ਔਰ ਲੜਕੀਓਂ ਕੇ ਕਿਸਮਤ ਕਾ ਮਿਲਤਾ ਹੈ ਮੁਝੇ ਬਸ। ਔਰ ਕਭੀ ਆਪ ਘਬਰਾਏ ਨਹੀਂ, ਕਭੀ ਆਪਨੇ ਯੇ ਨਹੀਂ ਸੋਚਾ ਕਿ ਮੈਂ ਕਿਸੇ ਲੜਕੀ ਕੋਈ ਭਰੂਣ ਹੱਤਿਆ ਕਰ ਦੂੰ ਜਾਂ 8-8 ਲੜਕੀਓਂ ਕੋ ਆਪਨੇ ਜੀਵਿਤ ਰੱਖਾ ਔਰ ਸੇਵਾ ਕਰੇ? ਬਿਲਕੁਲ ਬਿਲਕੁਲ, ਸਭ ਪੂਰੀ 8 ਲੜਕੀਓਂ ਕੋ ਬਰਾਬਰ ਸਮਝਤਾ ਹੂੰ, ਸਭਸੇ ਜ਼ਿਆਦਾ ਪਿਆਰ ਮੈਂ ਲੜਕੀਓਂ ਸੇ ਕਰਤਾ ਹੂੰ ਔਰ ਮੇਰੇ ਮੁਝੇ ਲਗਤਾ ਹੈ ਕਿ ਮੈਂ ਲੜਕੀ ਜਿਤਨੀ 8 ਲੜਕੀਆਂ ਮੈਂ ਸਭਸੇ ਭਾਗਿਆਸ਼ਾਲੀ ਹੂੰ ਔਰ ਲੜਕੋਂ ਸੇ ਜ਼ਿਆਦਾ ਮੈਂ ਖੁਸ਼ੀ ਲੜਕੀਓਂ ਮੈਂ। ਔਰ ਬੀਕਾਨੇਰ ਸਵੀਟਸ ਕੀ ਹਮ ਬਾਤ ਕਰੇ ਤੋ ਯਹਾਂ ਪਰ ਆਪਨੇ ਕੁਆਲਿਟੀ ਪ੍ਰੋਡਕਟ, ਆਪਨੇ ਦੂਧ ਬੜੀਆ ਜੋ ਹੈ, ਖੋਆ ਬੜੀਆ ਔਰ ਹਮੇਸ਼ਾ ਆਪਨੇ ਕਿਸੀ ਚੀਜ਼ ਕਾ ਸਮਝੌਤਾ ਨਹੀਂ ਕੀਆ ਔਰ ਪਨੀਰ ਕੀ ਜੋ ਬਾਤ ਕਰ ਲੇ ਤੋ ਵੋ ਵੀ ਆਪਣਾ ਖੁਦ ਕਈ ਪਨੀਰ ਕੋਸ਼ਿਸ਼ ਕਰਤੇ ਬਣਾਨੇ ਕਾ। ਨਹੀਂ, ਹਮ ਪਨੀਰ ਹਮ ਬਣਾਤੇ ਨਹੀਂ ਹੈ ਔਰ ਜੋ ਰਸਗੁੱਲੇ ਗੁਲਾਮ ਜਾਮੁਨ ਹੈ ਉਹ ਸਿਰਫ ਗਾਏ ਕਾ ਦੁੱਧ ਯੂਜ਼ ਕਰਤੇ ਹੈ ਔਰ ਬੜੀਆ ਦੁੱਧ ਲੇਤੇ ਹੈ ਔਰ ਬੜੀਆ ਕੋਈ ਮਿਲਾਵਟ ਨਹੀਂ ਕਰਤੇ ਬਸ। ਔਰ ਯਹੀ ਕਾਰਨ ਹੈ ਕਿ ਟੇਸਟ ਆਤੇ ਬਸ ਯਹੀ ਹੈ ਕਿ ਭੈਂਸ ਕਾ ਦੁੱਧ ਹਮ ਲੇਤੇ ਨਹੀਂ, ਬਿਲਕੁਲ ਹੀ ਗਾਏ ਕਾ ਹੀ ਦੁੱਧ ਲੇਤੇ ਹੈ ਔਰ ਗਾਏ ਕਾ ਦੁੱਧ ਯੂਜ਼ ਕਰਤੇ ਹੈ। ਆਪਕਾ ਬਾਤ ਕਰ। ਨਮਸਕਾਰ ਜੀ, ਧੰਨਵਾਦ। ਕੈਸਾ ਐਕਸਪੀਰੀਅੰਸ ਆਪਕਾ ਬੀਕਾਨੇਰ ਸਵੀਟਸ ਕੇ ਸਾਥ, ਆਪ ਆਏ ਹੋ ਯਹਾਂ ਪਰ? एक्चुअली आई एम फ्रॉम लुधियाना, मैरिज मेरे नकोदर में हुई है तो मैं तो सभी शॉप्स को छोड़ के इन्हीं के पास आई हूँ स्टार्टिंग से, मुझे किसी और का टेस्ट अच्छा ही नहीं लगता। कितनी देर होगी आपके यहाँ? तो मुझे 6 मंथ्स की मैरिज है, तब से यहीं पे आ रही हूँ। और पूरे टेस्ट आपको जो लुधियाना वाले थे वही मिल रहे हैं?
प्रॉपर, उससे भी बेटर है, बहुत बेटर है। मैं अभी इनको आई वॉज वॉचिंग योर इंटरव्यू, मैं इनको बोल रही थी, मैंने कहा इनका टेस्ट तो बेस्ट है, इनकी तो इंटरव्यू होनी चाहिए थी, बेस्ट टेस्ट है बीकानेर इज बेस्ट। आप लोग यहाँ पर आए हैं लुधियाना से, आप भी लुधियाना से आए हो? नहीं, हम नकोदर से ही हैं। अच्छा, आप इनके सिस्टर? हाँ, सिस्टर। हाँ जी। और प्यार तो ऐसे लग रहा है जैसे सिस्टर की बहने हो। इतना ही है क्योंकि आजकल ऐसे तो दिखने को मिलते हैं। हाँ, लाइक पहना मांग रही हैं। और कैसा स्वीट्स का टेस्ट कैसा है? इन्हें तो बहुत डिलीशियस होता है, आप मोस्टली इतने ही प्रेफर करते हैं, ਜਦ ਵੀ ਕੋਈ ਵੀ ਓਕੇਜਨ ਹੁੰਦਾ ਇੱਥੇ ਹੀ ਮੋਸਟਲੀ ਸਵੀਟਸ ਜਾਂਦੀਆਂ ਨੇ, ਬਹੁਤ ਬੈਸਟ ਹੁੰਦਾ ਇਹਨਾਂ ਦਾ। ਔਰ ਬਿਲਕੁਲ ਕੋਈ ਬੱਚੇ ਨੂੰ ਭੇਜ ਦਿਓ ਜਾਂ ਵੱਡੇ ਨੂੰ ਭੇਜ ਦਿਓ, ਇਹਨਾਂ ਦੇ ਰੇਟ ਸਿੱਖ। ਹਾਂ, ਇਹੋ ਜਿਹੀ ਕੋਈ ਨਹੀਂ ਹੁੰਦੀ ਕਿ ਹਾਂ ਕੋਈ ਵੀ ਆ ਕੇ ਲੈ ਕੇ ਜਾ ਸਕਦਾ ਇੱਥੋਂ, ਬੈਸਟ ਹੀ ਦੇਣਗੇ। ਐਂਡ ਅਸੀਂ ਬਾਹਰ ਗੋਲ ਗੱਪੇ ਖਾਣ ਆਏ ਸੀ, ਬਟ ਇਹਨਾਂ ਦੇ ਸਵੀਟਸ ਇੰਨੀਆਂ ਟੇਸਟੀ ਲੱਗਦੀਆਂ ਕਿ ਮੈਂ ਦੋ ਗੁਜੀਆਂ ਪੈਕ ਕਰਵਾ ਲੈ ਕੇ ਅਸੀਂ ਖਾਣੇ ਆ ਨਾਲ, ਦੇ ਆਰ ਬੈਸਟ।